ਬੰਦੇ ਨੂੰ ਦੇਖ ਕੇ ਇੱਦਾਂ ਲੱਗ ਰਿਹਾ ਕਿ ਵੀ ਤਾਂ ਦਿਲ ਬਹੁਤ ਹੀ ਜ਼ਿਆਦਾ ਜ਼ੋਰ ਨਾਲ ਟੁੱਟਿਆ ਹੋਇਆ ਅਤੇ ਵਿਚਾਰਾ ਬਹੁਤ ਹੀ ਕੁਛ ਸੋਚ ਰਿਹਾ। ਛੇਵਾਂ ਦਿਨ ਸਟਾਰਟ ਹੋ ਚੁੱਕਾ ਅਤੇ ਅਸੀਂ ਨੰਦੇੜ ਸਾਹਿਬ ਤੋਂ ਅੱਜ ਪਟਨਾ ਸਾਹਿਬ ਜਾਣਾ ਤਾਂ ਸਾਡਾ ਲਾਸਟ ਡੇ ਸੀਗਾ। ਰੂਮ ਥੋੜ੍ਹੀ ਦੇਰ ਤੱਕ ਖਾਲੀ ਕਰ ਦਾਂਗੇ ਅਤੇ ਹੁਣ ਬਸ ਲਾਸਟ ਵਾਰੀ ਅਸੀਂ ਗੋਦਾਵਰੀ ਨਦੀ ਆਏ ਸੀਗੇ। ਬਹੁਤ ਹੀ ਜ਼ਿਆਦਾ ਬਾਰਿਸ਼ ਪੈ ਗਈ ਅੱਡੀ ਆ, ਦੋ ਤਿੰਨ ਦਿਨ ਤੋਂ ਬਾਰਿਸ਼ ਪੈ ਰਹੀ ਆ ਅਤੇ ਮੈਨੂੰ ਦੂਰੋਂ ਦਿਖ ਰਿਹਾ ਕਿ ਹਲਕਾ ਹਲਕਾ ਪਾਣੀ ਵੀ ਆਇਆ ਪਿਆ ਉੱਪਰ ਨੂੰ ਅਤੇ ਹੁਣ ਇਹ ਹੋ ਸਕਦਾ ਕਾਫੀ ਸਾਲਾਂ ਬਾਅਦ ਆਈਏ ਜਾਂ ਫਿਰ ਪਤਾ ਨਹੀਂ ਹੁਣ ਕਦੋਂ ਆ ਸਕਦੇ ਹਾਂ ਇੱਥੇ। ਦਿਲ ਬਹੁਤ ਲੱਗਦਾ ਇੱਥੇ ਆ ਕੇ। ਜਾਣ ਦੀ ਤਿਆਰੀ ਹੋ ਗਈ ਆ, ਬੈਗ ਬੁੱਗ ਪੈਕ ਹੋ ਗਏ ਨੇ ਅਤੇ ਸੰਗਤਾਂ ਬਸ ਜਿਹੜੀਆਂ ਰਹਿ ਗਈਆਂ ਨੇ ਉਹਨਾਂ ਦੀ ਵੇਟ ਕਰ ਰਹੇ ਹਾਂ ਅਤੇ ਉਸ ਤੋਂ ਬਾਅਦ ਬੱਸ ਨਿਕਲੇਗੀ ਅਤੇ ਇਕੱਠੇ ਜਾਵਾਂਗੇ। ਸੰਗਤ ਇਕੱਠੀ ਹੋਈ ਵੀ ਆ ਅਤੇ ਚਰਚਾ ਚੱਲ ਰਹੀ ਹੈ ਕਿਸੇ ਦਾ ਲਵਾਰਿਸ ਇਕੱਠਾ ਪਿਆ ਜੀ, ਪਤਾ ਨਹੀਂ ਕਿਹਦਾ ਹੁਣ ਚਰਚਾ ਚੱਲ ਰਹੀ ਹੈ, ਦੇਖਦੇ ਹਾਂ ਕਿਹਦਾ। ਸ੍ਰੀ ਅਕਾਲ ਜੀ, ਬਹੁਤ ਹੀ ਮੁਸ਼ੱਕਤ ਕਰਕੇ ਸੀਟ ਮਿਲ ਗਈ, ਅਸੀਂ ਉੱਪਰ ਵਾਲੀ ਸੀਟ 'ਤੇ ਬੈਠੇ ਹੋਏ ਹਾਂ, ਸਾਹਮਣੇ ਬਾਬੂ ਜੀ ਬੈਠੇ ਹੋਏ ਨੇ, ਸੋ ਰਹੇ, ਰੈਸਟ ਮਾਰ ਰਹੇ ਨੇ ਅਤੇ ਨੀਚੇ ਸਾਡੀਆਂ ਸੀਟਾਂ ਨੇ ਜੀ। ਪੂਰੀ ਟ੍ਰੇਨ ਭਰੀ ਹੋਈ ਹੈ। ਲਓ ਜੀ, ਰੇਖੀ ਕਰਨ ਜਾ ਰਹੇ ਹਾਂ ਟ੍ਰੇਨ 'ਚ ਕਿਹੜਾ ਕਿਹੜਾ ਬੰਦਾ ਹੈਗਾ ਅਤੇ ਕਿਹੜਾ ਕਿਹੜਾ ਨਹੀਂ ਹੈਗਾ ਅਤੇ ਸਾਨੂੰ ਟ੍ਰੇਨ ਦਾ ਮਾਹੌਲ ਚੈੱਕ ਕਰਾਉਂਦੇ ਹਾਂ। ਖਾਣਾ ਖਾਧਾ ਜਾ ਰਿਹਾ ਜੀ, ਅਤੇ ਪਿੱਛੇ ਖਾਣੇ ਦੀ ਬੁਕਿੰਗ ਚੱਲ ਰਹੀ ਸੀ। ਅਤੇ ਇਹ ਸਾਡਾ ਓਫੀਸ਼ੀਅਲ ਡੱਬਾ ਜਿੱਥੇ ਸਾਡਾ ਰੂਮ ਹੈ। ਠੀਕ ਹੀ ਸੋ ਰਹੇ ਸਾਰੇ, ਟ੍ਰੇਨ ਹੁਣ ਖੜ੍ਹੀ ਆ, ਪਤਾ ਨਹੀਂ ਕਿ ਸ਼ਾਇਦ ਕ੍ਰੋਸ ਵਗੈਰਾ ਲੱਗੇਗਾ ਹੁਣ ਅੱਗੇ। ਬਹੁਤ ਹੀ ਸੋਹਣਾ ਮੌਸਮ, ਬਾਰਿਸ਼ ਵਾਲਾ, ਬਹੁਤ ਹੀ ਤੇਜ਼ ਬਾਰਿਸ਼ ਪੈ ਰਹੀ ਆ। ਹੋ ਚੰਗਾ ਨਾ ਲੱਗੇ ਮੈਨੂੰ ਜਹਾਂ, ਸੱਚੀ ਨੀ ਤੇਰੇ ਬਿਨਾਂ, ਤੇਰੇ ਬਿਨਾਂ ਔਖਾ ਲੰਘੇ ਸਮਾਂ, ਦੱਸਦੇ ਨੀ ਮੈਂ ਕੀ ਕਰਾਂ। ਉਹ ਚੰਗਾ ਨਾ ਲੱਗੇ ਮੈਨੂੰ ਜਹਾਂ, ਸੱਚੀ ਨੀ ਤੇਰੇ ਬਿਨਾਂ, ਤੇਰੇ ਬਿਨਾਂ ਔਖਾ ਲੰਘੇ ਸਮਾਂ, ਦੱਸਦੇ ਨੀ ਮੈਂ ਕੀ ਕਰਾਂ। ਤੇਰੇ ਬਿਨਾਂ ਮੇਰਾ ਹੋਇਆ ਬੁਰਾ ਹਾਲ ਨੀ, ਨੀ ਤੂੰ ਬਣ ਗਈ ਏ ਜਿੰਦ ਦਾ ਸਵਾਲ ਨੀ, ਹੋਰ ਨਾ ਤੂੰ ਹੁਣ ਗੱਭਰੂ ਨੂੰ ਟਾਲ ਨੀ, ਕਰਦਾ ਗੁਜ਼ਾਰਿਸ਼ਾਂ ਉਲਾਰੇ ਨਾ ਤੂੰ ਲਾ। ਜਾਣ ਜਾਣ ਵੇਖ ਗੱਭਰੂ ਨੂੰ ਹੱਸਦੀ, ਦਿਲ ਵਾਲੀ ਗੱਲ ਮੈਨੂੰ ਕਿਉਂ ਨੀ ਦੱਸਦੀ, ਸੱਚ ਜਾਣੀ ਨੀ ਤੂੰ ਸਾਹਾਂ ਵਿੱਚ ਵੱਸਦੀ, ਹੱਥਾਂ ਵਿੱਚੋਂ ਤਿਲ ਕੇ ਜੋ ਰੇਸ਼ਮੀ ਰੁਮਾਲ, ਇੰਨਾ ਵੀ ਹੋਇਆ ਕਿ ਮੈਥੋਂ ਗੁਨਾਹ, ਸੱਚੀ ਨੀ ਤੇਰੇ ਬਿਨਾਂ, ਤੇਰੇ। ਇਹ ਬੰਦਾ ਬਹੁਤ ਹੀ ਜ਼ਿਆਦਾ ਡੂੰਘੀ ਸੋਚ 'ਚ ਪਿਆ ਹੋਇਆ, ਐਵੇਂ ਲੱਗਦਾ ਇਹਦਾ ਦਿਲ ਟੁੱਟਿਆ ਜਾਂ ਫਿਰ ਕੋਈ ਐਸੀ ਫੀਲਿੰਗ 'ਚੋਂ ਲੰਘਿਆ ਜਿਸ 'ਚੋਂ ਲੰਘਣਾ ਔਖਾ ਹੈ, ਅਤੇ ਹਵਾਵਾਂ ਨੂੰ ਇੱਦਾਂ ਦੇਖ ਰਿਹਾ ਜਿਵੇਂ ਮਿੱਠੀਆਂ ਯਾਦਾਂ ਹੁੰਦੀਆਂ ਨੇ, ਅਤੇ ਵੈਸੇ ਹਵਾਵਾਂ ਦਿਖਦੀਆਂ ਨਹੀਂ, ਗੱਪ ਮਾਰ ਛੱਡੀਆਂ ਮੈਨੇ। ਅਤੇ ਭਾਅ ਜੀ ਕਹਿੰਦੇ ਪੈਨੇਟਰੀ 'ਚ ਚੱਲਦੇ ਹਾਂ, ਚਲੋ ਜੀ। ਅਤੇ ਉੱਥੇ ਖਾਣਾ ਵਗੈਰਾ ਨਾ ਬਣਾਇਆ ਜਾ ਰਿਹਾ ਟ੍ਰੇਨ ਦਾ, ਤੁਹਾਨੂੰ ਦਿਖਾਉਂਦੇ ਹਾਂ ਜੀ। ਨਮਸਤੇ ਭਈਆ, ਕੈਸੇ ਹੋ, ਕਿਆ ਨਾਮ ਹੈ ਆਪਕਾ? ਨਾਮ? ਹਾਂ ਦੇਖੀਏ। ਹਾਂਜੀ ਲਿਖਨੇ ਕਾ ਬਤਾਈਏ ਜੀ। ਰੰਜਨ। ਓਏ ਬਹੁਤ ਹੀ ਅੱਛਾ ਨਾਮ, ਰੰਜਨ। ਚਲੋ ਯਾਰ ਥੋੜ੍ਹੀ ਸੀ, ਥੋੜ੍ਹੀ ਇਤਨੀ ਸੀ, ਚਲੋ। ਸੈਨੇਟਰੀ 'ਚ ਗਏ ਸੀ, ਵੈਸੇ ਅਲਾਊਡ ਨਹੀਂ ਹੈਗਾ ਖਾਣਾ ਦਿਖਾਉਣਾ, ਅਤੇ ਉਹ ਕਹਿੰਦੇ ਵਲੌਗ ਨਹੀਂ ਬਣਾਉਣਾ, ਅਤੇ ਆਹ ਦੇਖੋ ਬੰਦਾ ਮਸਤ ਬੋਲਾ, ਓਏ ਹੋਏ ਹੋਏ।
ਕਿੰਨੇ ਦੀ? ਇਹ ਚੈਨਲ ਹੈ, ਫੈਲ ਜਾਓਗੇ ਬੀਬੀਸੀ ਨਿਊਜ਼ ਤੇ। ਅਰੇ ਯਾਰ ਕੋਈ ਬਾਤ। ਲਓ ਜੀ, ਅੱਜ ਦੇ ਵਲੌਗ ਦੀ ਸਮਾਪਤੀ ਮੈਨੂੰ ਲੱਗਦਾ ਇੱਥੇ ਕਰਨੀ ਪਏਗੀ, ਅਤੇ ਕਿਉਂਕਿ ਟ੍ਰੇਨ 'ਚ ਤੁਹਾਨੂੰ ਇੰਨੀਆਂ ਚੀਜ਼ਾਂ ਨਹੀਂ ਦਿਖਾ ਸਕਦਾ, ਅਤੇ ਸਟੋਪ ਲੱਗਿਆ ਹੋਇਆ, ਅਤੇ ਜਿੰਨੀਆਂ ਚੀਜ਼ਾਂ ਬਣਾਈਆਂ ਨੇ ਅਤੇ ਤੁਸੀਂ ਇੰਜੋਏ ਕਰਨਾ, ਬਾਕੀ ਤੁਹਾਨੂੰ ਕੱਲ੍ਹ ਦੇ ਵਲੌਗ 'ਚ ਦਿਖਾਉਣਾ ਜੀ। ਓਕੇ।